अस्सलाम वालेकुम दोस्तों, की हाल चाल ने। ਤੁਹਾਡਾ ਮੇਜ਼ਬਾਨ ਰਾਜ਼ ਅਹਿਮਦ, ਤੁਸੀਂ ਵੇਖ ਰਹੇ ਹੋ ਸੋਨਾ ਪੰਜਾਬ ਟੀਵੀ। ਤੁਹਾਡਾ ਸੱਚੇ ਦਿਲ ਮੋਲ ਤੋਂ ਲੈ ਕੇ ਆਉਂਦਾ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਲਾਈਕਾਂ ਦਾ ਬਟਨ ਦਬਾਓ। ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਬਸ ਸਾਨੂੰ ਪਹੁੰਚ ਰਵੇ। ਐਵੇਂ ਸੱਜੇ ਪਾਸੇ ਮਾਸ਼ਾਅੱਲਾ ਪਿਓ ਨੀਲੀ ਮੱਝ ਆਈ ਹੈ, ਬਰੀਕ ਬੜੀ ਹੈ ਮਾਸ਼ਾਅੱਲਾ। ਬਾਕੀ ਲੈਣਾ ਦੇਣਾ ਮੁਕੱਦਰ ਹੈ। ਮੱਝ ਮਾਸ਼ਾਅੱਲਾ ਧੁੰਨੀ ਤੋਂ ਲੈ ਕੇ ਸਾਥੀ ਹੋਣਾ ਲਾਈ ਖੜੀ ਹੈ। ਇਹ ਸੂਈ ਹੈ ਜਾਂ ਸੁਮਰਾ ਲਈਏ, ਇਹ ਸਾਰੀ ਗੱਲਾਂ ਮਾਲ ਕਰ ਪੁੱਛਣਾ ਹੋਵੇ। ਮਾਸ਼ਾਅੱਲਾ ਕੱਦ ਬੜਾ ਮੱਝ ਦਾ, ਧੁੰਨੀ ਤੋਂ ਲੈ ਕੇ ਸਾਥੀ ਹੋਣਾ ਹੈ। ਥੱਬਿਆਂ ਦੇ ਬਹਾਨੇ ਲਾਈ ਖੜੀਏ, ਬਟਨ ਲੱਗੇ ਨੇ ਮਾਸ਼ਾਅੱਲਾ, ਇਹਨੂੰ ਆਉਣੇ ਥੱਬਿਆਂ ਦੇ ਬਹਾਨੇ। ਬਾਕੀ ਧੁੰਨੀ ਕੋਲੀ ਤੋਂ ਸਾਫ਼ ਹੈ। ਮੱਝ ਦੀ ਨਿੱਕੀ ਜਿਹੀ ਵੱਕੀ ਹੈ, ਇੱਕ ਹੱਡੀ ਦੀ ਮੱਝ ਹੈ, ਕੱਕੀ ਮਾਸ਼ਾਅੱਲਾ ਉੱਤੇ ਪਸ਼ਮੇ, ਸ਼ਾਹ ਕਾਲੀ ਮੱਝ ਹੈ, ਇੱਕ ਰੰਗ ਦੀ ਹੈ ਮਾਸ਼ਾਅੱਲਾ। ਸਿਰਫ ਪੂਛਲ ਮਾੜਾ ਜਿਹਾ ਉਹ 4 ਇੰਚੀ ਚਿੱਟਾ ਬਸ। ਬਾਕੀ ਲੈਣਾ ਦੇਣਾ ਮੁਕੱਦਰ ਹੈ। ਇਹ ਭਾਈ ਤੋਂ ਸਾਰੀ ਗੱਲਾਂ ਪੁੱਛਣਾਗੇ, ਸੂਈਏ ਜਾਂ ਸੁਣਨ ਵਾਲੀਏ। ਮੱਝ ਦੀ ਲਾਮ ਬੜੀ ਹੈ ਮਾਸ਼ਾਅੱਲਾ, ਕੱਦ ਬੜਾ ਹੈ, ਇਹਦੀ ਕੰਨੀ ਬੜੀ ਲੰਮੀ ਹੈ ਮਾਸ਼ਾਅੱਲਾ, ਕੱਦ 5 ਤੋਂ 6 ਫੁੱਟ ਅਤੇ ਬਰੀਕ ਬੜੀ ਹੈ। ਧੁੰਨੀ ਤੋਂ ਲੈ ਕੇ ਸਾਥ ਹੀ ਵਾਨਾ ਮਾਸ਼ਾਅੱਲਾ, ਇਹਨੂੰ ਆਉਣੇ ਨੇ ਧੁੰਨੀ ਤੋਂ ਲੈ ਕੇ ਸਾਥ ਹੀ। ਮਾਝੀ ਗਾੜੀ ਮਾਸ਼ਾਅੱਲਾ ਬੜੀ ਹੈ, ਮਾਲਕਾਂ ਦਾ ਰਿਕਾਰਡ ਬੜਾ ਹੈ। ਅਤੇ ਸਾਰੀ ਗੱਲਾਂ ਪੁੱਛ ਲੈਣਾ। ਸਲਾਮ ਵਾਲਾ ਭਾਈ ਜੀ। ਵਾਲੇਕੁਮ ਸਲਾਮ ਜੀ। ਇਹ ਮੈਂ ਆਪਣੀ ਕਿੰਨੇ ਦਿਨ ਲੈਣੀ ਸੁਣਦੇ? ਇਹ ਲਵੇਗੀ 3-4 ਦਿਨ। 3 ਤੋਂ 4 ਦਿਨ ਲੈਂਦੀ? ਇਹ ਮਾਝ ਜਿਹੜੀ ਹੈ ਦੂਸਰੇ ਸੂਏ? ਦੂਜਾ ਜੀ। ਅੱਛਾ, ਪਹਿਲੇ ਸੂਏ ਦਾ ਕੀ ਰਿਕਾਰਡ ਹੁੰਦਾ? ਪਹਿਲਾਂ ਮਾਝ 16 ਕਿਲੋ ਦੁੱਧ ਕਰਦੀ ਰਹੀ ਆਪਣੀ ਮਾਂ। ਪਹਿਲੇ ਸੂਏ 16 ਲੀਟਰ ਚੋਂਦ ਰਹੇ? ਹਾਂਜੀ। ਪੱਕੀ ਗੱਲ ਹੈ? ਪੱਕੀ ਗੱਲ ਐਵੇਂ ਲੋਕਾਂ ਦਾ 20 ਕਿਲੋ ਕਹੀਏ, ਗਲਤ ਗੱਲ ਹੁੰਦੀ ਕਿਸੇ ਨੂੰ। ਸੱਚੀ ਗੱਲ ਅਗਲਿਆਂ ਨੂੰ ਕਰੋ ਅਤੇ ਬੰਦੇ ਨੂੰ ਜਿਹੜੀ ਬਾਅਦ ਸ਼ਰਮਿੰਦਗੀ ਨਾ ਹੋਵੇ। ਅੱਛਾ, ਹਾਂਜੀ। ਇਹ ਦਿਨ ਲੈਂਦੀ ਕਿੰਨੇ ਦਿਨ ਲੈਂਦੀ? 4 ਤੋਂ 5 ਦਿਨ ਲਵੇਗੀ ਮੱਝ। ਤਿਆਰ ਆ ਮੱਝ ਉਦੋਂ 4-5 ਦਿਨ ਇਨਸ਼ਾਅੱਲਾ। 4-5 ਦਿਨ ਪੱਕੀ ਗੱਲ ਕੱਢ ਜਾਏਗੀ? ਹਾਂਜੀ। ਇਹ ਨੌ ਵੱਕੇਗੀ ਮਾਸ਼ਾਅੱਲਾ? ਮਾਸ਼ਾਅੱਲਾ ਵੱਕਣਾ, ਇਹਦੇ ਸ਼ੱਕ ਨਾ ਕੱਢੇਗੀ ਮੱਝ। ਅੱਛਾ ਜੀ, ਹਾਂਜੀ, ਠੀਕ ਹੋ ਗਿਆ। ਤੇ ਥਾਂ ਚੜੀ ਦੀ ਗਰੰਟੀ ਹੈ? ਬਿਲਕੁਲ ਗਰੰਟੀ। ਫਾਰਾ ਛੱਟਾ ਵਾਦਾ ਕਾਟਾ? ਬਿਲਕੁਲ ਗਰੰਟੀ ਯਾਰ ਕੀ ਮਾਝ ਇੰਨੀਆਂ ਲਾਮਾ ਮੱਝਾਂ ਨੂੰ ਲੱਗੀਆਂ ਵੀ ਨਹੀਂ ਵੇਖ ਮਾਸ਼ਾਅੱਲਾ ਜਿਹੜੀ ਆਪਣੀ ਮਾਝ ਲੰਮੀ। ਅੱਛਾ, ਨਹੀਂ ਲੰਮੀ ਮੱਝ ਮਾਸ਼ਾਅੱਲਾ। ਹਾਂਜੀ, ਠੀਕ ਹੋ ਗਿਆ ਮਾਸ਼ਾਅੱਲਾ। ਤੇ ਇਹ ਕੱਟ ਕਾਲੀ, ਅੱਖਾਂ ਵੀ ਕੱਟ ਕਾਲੀਆਂ? ਕੱਟ ਕਾਲੀ ਬਿਲਕੁਲ, ਪੁੱਛ ਲੈ 3-4 ਵਾਲ ਚਿੱਟੇ ਥੱਲੋਂ ਬਸ। ਅੱਛਾ ਜੀ, ਅੱਖਾਂ ਵੀ ਕਾਲੀਆਂ ਬਿਲਕੁਲ ਕਾਲੀ, ਸ਼ਾਹ ਧੁੰਨੀ ਕੋਲੀ, ਕਿਸੇ ਪਾਸੇ ਕੋਈ ਚੀਜ਼ ਨਹੀਂ ਹੈ ਮਾਝ। ਮਾਝ ਕੋਈ ਸ਼ੰਕਰ ਨਹੀਂ ਗੜਾ? ਹਾਂਜੀ, ਕਿਦਾਂ ਨਹੀਂ ਗੜਾ ਕਰਦੇ? ਅੱਛਾ, ਚਾਰ ਫੇਰ ਪੂਰੀ ਮੱਝ ਪੂਰੇ ਹਰ ਪਾਸਿਓਂ ਜਿੱਥੇ ਹੱਥ ਰੱਖ ਲਾ, ਜਿਹੜਾ ਅੱਖਾਂ ਵਾਲਾ ਬੰਦਾ ਵੇਖਣ ਵਾਲਾ ਉਹਨੂੰ ਪਤਾ ਲੱਗ ਜਾਣਾ ਇਨਸ਼ਾਅੱਲਾ। ਅੱਛਾ, ਅੱਖਾਂ ਦੇ ਬੰਦੇ ਪਤਾ ਲੱਗ ਜਾਣਾ? ਹਾਂ, ਪਤਾ ਲੱਗ ਜਾਣਾ। ਅੱਛਾ ਜੀ, ਤੇਰੇ ਕੱਦ ਬਰਾਬਰ ਤੇ ਮੱਝ ਆ ਮਾਸ਼ਾਅੱਲਾ, ਇਹਨੇ ਕੱਦ ਮੱਝ ਨੂੰ ਆਮ ਲੱਗੇ ਪਏ, ਇੰਨੀ ਲੰਮੀ ਮੱਝ ਵੇਖ। ਅੱਛਾ, 10 ਤੋਂ 11 ਫੁੱਟ ਮੱਝ ਲੰਮੀ ਇਨਸ਼ਾਅੱਲਾ। ਅੱਛਾ ਜੀ, ਹਾਂਜੀ, ਠੀਕ ਹੋ ਗਿਆ। ਇਹ ਜੋ ਥਾਂ ਫਾਰਾ ਛੱਟਾ ਵਾਦਾ ਘਟਾ ਕੋਣੀ ਦੇ ਵਿੱਚ ਕੋਈ ਸ਼ਾਇਦ ਦੇਖੋ ਮਾਸ਼ਾਅੱਲਾ, ਇਹਦਾ ਬੜਾ ਕੱਦ ਬੜਾ ਮੱਝ ਦਾ, ਲਾਮ ਬੜੀ ਹੈ, ਬਰੀਕੀਆਂ ਮੱਝ ਮਾਸ਼ਾਅੱਲਾ ਰਾਜਤੇ ਨੇ, ਕੱਚ ਰੰਗੀ ਮੱਝ ਹੈ, ਬਾਕੀ ਪਿਓਰ ਨੀਲੀ ਦੀ ਮੱਝ ਹੈ। ਲੈਣਾ ਦੇਣਾ ਮੁਕੱਦਰ ਹੈ। ਇਹ ਭਾਈ ਜਿਹੜਾ ਇਹ ਦੱਸਣਾ ਜਿਹੜਾ ਨਾ, ਹਾਂਜੀ ਹਾਂਜੀ, ਇਹਦਾ ਮੁੱਲ ਕੀ ਪਿਆਰ ਮੈਂ ਬਤਾਲ ਪੱਕਾ ਜਾ ਯਾਰ, ਮੁੱਲ ਮਾਜਾ ਜਿੰਨਾ ਮਰਜ਼ੀ ਕਰੀ ਜਾਈਏ ਰਿਆਜ਼ ਮਾਜ ਦੇ ਮੂੰਹ ਤੇ ਪੈਂਦਾ ਵਾ। ਅੱਛਾ, ਪੱਕਾ ਜਾ ਆਪਾਂ ਮੁੱਲ ਦਾ ਮਾਜਾ ਕਰਨਾ। ਅੱਛਾ ਜੀ, 4,90,000 ਰੁਪਏ? 4,90,000? ਹਾਂ, ਲੋਕ ਤੇ ਹੋਏ ਮਜਾ 6-7 ਲੱਖ ਮੰਗੀਆਂ ਮਾਝ ਤੇ ਵੇਖ ਮਾਸ਼ਾਅੱਲਾ, ਕਿਤੇ ਸ਼ਾਇਦ ਕਮੀ ਹੈ ਤੇ ਦੱਸ ਦੇ ਨੀ ਮੰਗੀ ਤੇ ਜਾਂਦੇ 6-6 ਲੱਖ ਰੁਪਇਆ, ਪਰ ਮਾਲ ਮੁੱਦੇ ਨਾਲ ਵਿਕਦਾ ਨਾ। ਹਾਂਜੀ, ਇਹ ਤੇ ਗੱਲ ਤੇ ਠੀਕ ਹੈ, ਲੇਕਿਨ ਮਾਝ 4,90,000 ਰੁਪਇਆ ਵੇਖ ਕਿੰਨਾ? ਉਹ ਮਾਝ ਵੀ ਬੜੀ ਚੰਗੀ ਹੈ, ਏਡੀ ਮਾਝ ਕੋਈ ਹੈਗੀ? ਹਰ ਪਾਸੇ ਤੂੰ ਫਿਰਦਾ, ਸਾਰੀ ਦਿਹਾੜੀ ਵੀਡੀਓ ਪਾਉਣਾ ਮੈਂ ਕਿਹਾ ਨਾ। ਅੱਛਾ, ਹਾਂਜੀ, ਜੋ ਗੱਲ ਤੇਰੀ ਠੀਕ ਹੈ ਬਿਲ, ਤੇ ਮੁੱਲ ਦੱਸ ਪੱਕਾ ਜਿੱਥੇ ਮੈਂ ਵੇਚਣੀ ਆਪਾਂ ਪੱਕੀਆਂ ਗੱਲਾਂ। ਪੱਕੀ ਗੱਲ ਦੱਸੀ ਆ ਯਾਰ, ਆਪਾਂ ਕਿਹੜੀ ਹੋਣ ਰਿਹਾ, ਕੀ ਹੋਰ ਪੱਕੀ ਤੂੰ ਦੱਸ ਕੀ ਚਾਹੁੰਦਾ? ਅੱਛਾ, ਪੱਕੀ ਗੱਲ ਕੀ ਤੂੰ ਦੱਸ? ਪੱਕੀ ਗੱਲ ਕਿ ਮੈਂ ਫੈਨਰ 100 ਕੱਢ ਦੇਣੀ ਰੁਪਈਆ ਕੋ 10 ਹੋਰ ਛੱਡ ਦਾਂਗੇ, 4,80,000 ਮੱਝ। 4,80,000? ਹਾਂਜੀ, 4,80,000 ਰੁਪਇਆ ਮਾਲਕਾਂ ਦੀ ਡਿਮਾਂਡ ਹੈ। ਵਿੱਚ ਪਿਆ ਮੁਹੱਬਤ ਇਨਸ਼ਾਅੱਲਾ ਬਿਲਕੁਲ ਹੋਵੇਗਾ। ਨੰਬਰ ਹੁੰਦਾ 0349-6211, ਧੁੰਨੀ ਤੋਂ ਲੈ ਕੇ ਸਾਥ ਹੀ ਵਾਨਾ ਲਾਇਆ ਮੱਝ ਨੇ ਮਾਸ਼ਾਅੱਲਾ। ਗਿੱਟ ਕਿਹੜੇ ਵਿਰਲਾ ਨੇ, ਭਾਵਰਾ ਥਾਣ ਲੱਗਿਆ, ਇੱਕ ਹੱਡੀ ਦੀ ਮੱਝ ਹੈ, ਬਰੀਕ ਬੜੀ ਮਾਸ਼ਾਅੱਲਾ, ਇਹਨੂੰ ਆਉਣੇ ਮਾਸ਼ਾਅੱਲਾ ਧੁੰਨੀ। ਇਹ ਨਾਲ ਵਾਕੀ ਜਾਏਗੀ ਮਾਸ਼ਾਅੱਲਾ? ਇਨਸ਼ਾਅੱਲਾ ਹੋਰ ਵੱਖਰੀ ਮੱਝ ਦੇ, 4-5 ਦਿਨ ਲਵੇਗੀ ਮੱਝ, ਵੱਖਣ ਵੱਖਰਾ ਦੱਸ ਦੇਗੀ ਬਸ। ਅੱਛਾ, ਮੈਂ ਬਰੀਕ ਰਾਜ ਤੇ ਕੱਚ ਦੀ ਬਣੀ ਇਨਸ਼ਾਅੱਲਾ ਯਾਰ, 20 ਕਿਲੋ ਮੱਝ ਦਾ ਦੁੱਧ ਦੇਵੇ ਤੇ ਇਸ ਗੱਲ ਦੀ ਗਰੰਟੀ ਆਪਣੀ ਇਨਸ਼ਾਅੱਲਾ, 20 ਲੀਟਰ ਗਰੰਟੀ ਹੈ? ਹਾਂਜੀ। ਅੱਛਾ ਜੀ, ਠੀਕ ਹੋ ਗਿਆ ਜੀ, 20 ਲੀਟਰ ਮਾਲਕਾਂ ਦੀ ਗਰੰਟੀ ਹੈ। 4,80,000 ਰੁਪਇਆ ਮਾਲਕਾਂ ਦੀ ਡਿਮਾਂਡ ਹੈ। ਵਿੱਚ ਪਿਆ ਮੁਹੱਬਤ ਇਨਸ਼ਾਅੱਲਾ ਬਿਲਕੁਲ ਹੋਵੇਗਾ। ਨੰਬਰ ਹੁੰਦਾ 0349-6211, ਵਟਸਐਪ ਨੰਬਰ, ਈਮੋ ਨੰਬਰ ਹੈ। ਗਿੱਟ ਗਿੱਟ ਵਿਰਲਾ ਨੇ ਮਾਸ਼ਾਅੱਲਾ, ਧੁੰਨੀ ਕੋਲੀ ਤੋਂ ਸਾਫ਼ ਹੈ ਬਿਲਕੁਲ ਹੀ, ਖੁਸ਼ਲ ਹੈ ਮਾਸ਼ਾਅੱਲਾ, ਜਿਵੇਂ ਡੋਰ ਹੁੰਦੀ ਹੈ, 2 ਫੁੱਟ ਵਾਨਾ ਪੂਰਾ ਚੌੜਾ ਹੈ। ਨੰਬਰ ਹੁੰਦਾ 0349-6211, ਵਟਸਐਪ ਨੰਬਰ, ਈਮੋ ਨੰਬਰ ਹੈ। ਇਸ ਨੰਬਰ 'ਤੇ ਰਾਬਤੇ ਵਿੱਚ ਆ ਜੇ। ਮਿਲਾਂਗੇ ਅਗਲੀ ਵੀਡੀਓ ਨਾਲ। ਅੱਲਾ ਨਿਗਹਿਬਾਨ। ਪਾਕਿਸਤਾਨ ਜ਼ਿੰਦਾਬਾਦ।